ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ ਯੂਟਿਊਬ ਫਾਰਮਰ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅਤੇ ਅੱਜ ਇਸ ਵੀਡੀਓ ਵਿੱਚ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਇਹਨਾਂ ਵਿੱਚ ਗੱਲ ਕਰਾਂਗੇ 17 ਅਤੇ 18 ਨਵੰਬਰ ਜਿਹੜਾ ਮੌਸਮ ਹੈ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ, ਕਿਉਂਕਿ ਜਿਹੜੇ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਜਿਹੜੀ ਬਰਸਾਤ ਹੋਈ ਹੈ, ਮੇਨ ਤੌਰ 'ਤੇ ਜਿਹੜੇ ਕਹੀਏ ਆਪਾਂ ਮਾਝਾ ਅਤੇ ਦੁਆਬਾ ਏਰੀਆ ਜਿਹੜੇ ਪੱਛਮੀ ਭਾਗ ਹਨ ਅਤੇ ਇਸ ਤੋਂ ਇਲਾਵਾ ਫਾਜ਼ਿਲਕਾ ਏਰੀਆ ਹੋਰ ਸਾਈਡ ਜਿਹੜੇ ਇਲਾਕੇ ਹਨ ਸਰਹੱਦੀ, ਇਹਨਾਂ ਇਲਾਕਿਆਂ ਵਿੱਚ ਜਿਹੜੀ ਬਰਸਾਤ ਆ 16 ਤਰੀਕ ਤੱਕ ਦੇਖਣ ਨੂੰ ਮਿਲੀ ਆ। ਅਤੇ ਇਸ ਤੋਂ ਬਾਅਦ ਵੀ ਜਿਹੜਾ 17 ਅਤੇ 18 ਨਵੰਬਰ ਨੂੰ ਜਿਹੜਾ ਪੰਜਾਬ ਦਾ ਮੌਸਮ ਹੈ ਕਿਵੇਂ ਦਾ ਰਹਿਣ ਵਾਲਾ, ਇਸ ਸੰਬੰਧੀ ਜਿਹੜੀ ਗੱਲ ਕਰਦੇ ਹਾਂ। ਹਾਂਜੀ, ਜਿਵੇਂ ਤੁਸੀਂ ਇਸ ਤਸਵੀਰ 'ਤੇ ਦੇਖ ਰਹੇ ਹੋ ਜਿਹੜੀ ਕਿ ਮੈਪ ਦੀ ਐਡ ਆ, ਜਿਹਦੇ ਵਿੱਚ ਰੇਨਫੋਲ ਡਾਟਾ ਦਿਖਾਇਆ ਗਿਆ, ਜਿਹਦੇ ਵਿੱਚ ਜਿਹੜਾ ਪੰਜਾਬ ਦਾ ਤਕਰੀਬਨ ਆਪਾਂ ਕਹੀਏ ਜਿਹੜਾ ਉੱਤਰ ਪੱਛਮੀ ਭਾਗ ਆ ਉਹ ਤਕਰੀਬਨ ਜਿਹੜਾ ਮੈਦਾਨੀ ਭਾਗ ਹਨ ਪੂਰੀ ਤਰ੍ਹਾਂ ਸਾਫ਼ ਹੋ ਚੁੱਕੇ ਹਨ। 17 ਤਰੀਕ ਤੋਂ ਜਿਹੜਾ ਮੌਸਮ ਹੈ ਪੰਜਾਬ ਵਿੱਚ ਖੁਸ਼ਕ ਬਣਿਆ ਰਹੂਗਾ, ਜਿਹੜੀ ਬੱਦਲਬਾਈ ਆ ਕਿਸੇ ਵੀ ਕਿਸਮ ਦੀ ਨਹੀਂ ਦੇਖੀ ਜਾ ਸਕਦੀ ਅਤੇ ਤਕਰੀਬਨ ਜ਼ਿਆਦਾਤਰ ਜਿਹੜੇ ਇਲਾਕੇ ਹੋਣਗੇ ਉਹਨਾਂ ਵਿੱਚ ਧੁੱਪ ਦੇਖਣ ਨੂੰ ਮਿਲੇਗੀ। ਪਰ ਇਹ ਗੱਲ ਜ਼ਰੂਰ ਹੋਵੇਗਾ ਕਿ ਸਵੇਰ ਦੇ ਸਮੇਂ 17 ਤਰੀਕ ਨੂੰ ਪੰਜਾਬ ਦੇ ਜਿਹੜੇ ਕਈ ਇਲਾਕਿਆਂ ਵਿੱਚ ਜਿਹੜੀ ਧੁੰਦ ਸਵੇਰ ਦੇ ਸਮੇਂ ਦੇਖੀ ਜਾ ਸਕਦੀ ਹੈ। ਸਵੇਰ ਦੇ ਸਮੇਂ ਤੋਂ ਹੀ ਜਿਹੜੀਆਂ ਪੱਛਮੀ ਹਵਾਵਾਂ ਹੋਣਗੀਆਂ ਉਹ 10 ਤੋਂ ਲੈ ਕੇ 25 ਕਿਲੋਮੀਟਰ ਦੀ ਰਫ਼ਤਾਰ ਨਾਲ ਵੱਖ ਵੱਖ ਇਲਾਕਿਆਂ ਵਿੱਚ ਚੱਲਦੀਆਂ ਰਹਿਣਗੀਆਂ ਅਤੇ ਜਿਸ ਦੇ ਕਾਰਨ ਸਵੇਰ ਦੇ ਸਮੇਂ ਤੋਂ ਹੀ ਠੰਡ ਆ ਜਿਹੜੀ ਉਹ ਮਹਿਸੂਸ ਹੋਵੇਗੀ। ਅਤੇ ਇਸ ਤੋਂ ਬਿਨਾਂ ਕੋਈ ਵੈਸਟਰਨ ਡਿਸਰਮੈਂਟ ਜਿਹੜਾ ਇਸ ਸਮੇਂ ਨਹੀਂ ਆ ਰਿਹਾ, ਨਾ ਕੋਈ ਚੱਕਰਵਾਤ ਇਹਨਾਂ ਇਲਾਕਿਆਂ ਉੱਤੇ ਬਣ ਰਿਹਾ, ਸੋ ਜਿਹੜਾ ਇਹਨਾਂ 2 ਦਿਨਾਂ ਦਾ ਮੌਸਮ ਹੈ ਤਕਰੀਬਨ ਖੁਸ਼ਕ ਬਣਿਆ ਰਹੇਗਾ। ਅਤੇ ਇਸ ਤੋਂ ਬਿਨਾਂ ਜਿਹੜੇ ਠੰਡ ਦੀ ਗੱਲ ਕਰੀਏ, ਜਿਹੜਾ ਤਾਪਮਾਨ ਆ ਉਹ ਤਕਰੀਬਨ 3 ਤੋਂ 4 ਡਿਗਰੀਆਂ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਡਾਊਨ ਆਵੇਗਾ ਅਤੇ ਕਈ ਇਲਾਕਿਆਂ ਵਿੱਚ ਤਕਰੀਬਨ ਕਹੀ ਆਪਾਂ ਵੀ 8 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਆ ਘੱਟੋ ਘੱਟ ਪੰਜਾਬ ਵਿੱਚ ਆ ਸਕਦਾ ਹੈ, ਕਿਉਂਕਿ ਜਿਹੜੀਆਂ ਠੰਡੀਆਂ ਖੁਸ਼ਕ ਹਵਾਵਾਂ ਪਹਾੜੀ ਸਾਈਡ ਤੋਂ ਜਿਹੜੀਆਂ ਚੱਲ ਰਹੀਆਂ ਹਨ ਪੱਛਮੀ ਅਤੇ ਉੱਤਰੀ ਰਲਵੇਂ ਰੂਪ ਵਿੱਚ ਉਹ ਪੰਜਾਬ ਅਤੇ ਹਰਿਆਣੇ ਵਿੱਚ ਦਾਖਲ ਹੋਣ ਜਾਂ ਸ਼ੁਰੂ ਹੋ ਗਈਆਂ ਹਨ ਅਤੇ ਜਿਸ ਤੋਂ ਬਾਅਦ ਟੈਂਪਰੇਚਰ ਆ ਕਾਫੀ ਜ਼ਿਆਦਾ ਡਾਊਨ ਆਉਣ ਦੀ ਉਮੀਦ ਹੈ। ਅਤੇ ਆਉਣ ਵਾਲੇ 2 ਤੋਂ 4 ਦਿਨਾਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੇ 1-2 ਇਲਾਕਿਆਂ ਵਿੱਚ ਜਿਹੜਾ ਕੋਰਾ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਮੀਂਹ ਦੀ ਸੰਭਾਵਨਾ ਫਿਲਹਾਲ ਕਿਸੇ ਵੀ ਇਲਾਕੇ ਵਿੱਚ ਪੰਜਾਬ ਦੇ ਨਹੀਂ ਹੈ। ਜੇ ਕੋਈ ਇਸ ਸੰਬੰਧੀ ਨਵੀਂ ਅਪਡੇਟ ਆਉਂਦੀ ਹੈ ਤਾਂ ਆਪਾਂ ਤੁਹਾਡੇ ਨਾਲ ਸਮੇਂ 'ਤੇ ਸਾਂਝੀ ਕਰਦੇ ਰਹਾਂਗੇ।